ਕੋਠੀ ਘਰੋਂ ਚੈੱਕ ਰਾਤ ਨੂੰ ਕਿੰਨੀ ਘੈਂਟ ਲੱਗਦੀ ਹੈ ਨਾ, ਉਹ ਲਾਈਟਾਂ ਲੂਟਾਂ ਲਾ ਕੇ। ਚਲੋ ਇਹਨੂੰ ਛੇ। ਹਾਂਜੀ, ਕੀ ਹਾਲ ਚਾਲ ਨੇ ਬਾਈ ਤੁਹਾਡੇ ਸਾਰਿਆਂ ਦੇ? ਇੱਕ ਵਾਰ ਫਿਰ ਤੋਂ ਵੈਲਕਮ ਵੀਰੇ ਤੁਹਾਡਾ ਫਾਰਮਿੰਗ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਜਿਵੇਂ ਕਿ ਤੁਸੀਂ ਦੇਖ ਹੀ ਰਹੋਗੇ ਕਿ ਆਪਾਂ ਨੇ ਸੁਪਰ ਸੀਡਰ ਪਾਇਆ ਹੋਇਆ ਅਤੇ ਆਪਾਂ ਚੱਲੇ ਹਾਂ ਕਣਕ ਵੇਚਣ ਜੀ, ਕਿਉਂਕਿ ਹੁਣ ਕਣਕਾਂ ਦੀ ਵਾਢੀ ਦਾ ਟਾਈਮ ਆ ਗਿਆ ਅਤੇ ਆਪਾਂ ਨੇ ਟਰਾਲੀ ਟਰੂਲੀ ਪੂਰੀ ਐਨ ਭਰ ਕੇ ਕਣਕ ਢੋਣੀ ਹੈ ਅਤੇ ਆਪਾਂ ਚੱਲੀਏ ਕਣਕ ਵੇਚਣ। ਪਰਲੇ ਵਾਹਣ ਦੇ ਵਿੱਚ ਸਟਾਰਟ ਕਰਦੇ ਹਾਂ, ਉੱਧਰੋਂ ਅੱਜ ਆਪਾਂ ਕਣਕ ਵੇਚਣੀ ਤਾਂ ਜੋ ਆਪਣੀ ਇੱਕ ਦੋ ਦਿਨ 'ਚ ਵੱਢਣ ਵਾਲੀ ਜੋਗੀ ਹੋ ਜੂਗੀ ਅਤੇ ਫਿਰ ਆਪਾਂ ਵੱਢਿਆ ਕਰਾਂਗੇ, ਠੀਕ ਹੈ ਕਿ ਨਹੀਂ ਜੀ? ਅਤੇ ਬਾਕੀ ਬਾਬੇ ਜੀ, ਚੈਨਲ 'ਤੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਵੀਡੀਓ ਪੂਰੀ ਜ਼ਰੂਰ ਦੇਖਿਓ, ਕਿਉਂਕਿ ਅੱਜ ਆਪਾਂ ਜ਼ਰੂਰ ਚੱਲੇ ਹਾਂ ਲੰਡੀ ਜੀਪ ਨੂੰ ਮੋਡੀਫਾਈ ਕਰਾਉਣ, ਠੀਕ ਹੈ ਜੀ? ਅਤੇ ਆਪਾਂ ਚੱਲੀਏ ਪਰਲੇ ਵਾਹਣ ਤੋਂ ਸਟਾਰਟ ਕਰਦੇ ਹਾਂ। ਆਪਾਂ ਨੇ ਇਹਦੇ ਵਿੱਚ ਕਣਕ ਦਾ ਬੀਜ ਪਾ ਲਿਆ ਹੈ, ਬਸ ਇੱਥੋਂ ਇੱਥੋਂ ਆਹੀ ਵਾਹਣ ਬੀਜੀਏ ਮੈਂ ਕਹਿੰਦਾ ਪਹਿਲਾਂ ਵੱਡੇ ਵਾਲਾ। ਚਲੋ ਇੱਕ ਸਿਰੇ ਤੋਂ ਕਰਦੇ ਹਾਂ ਜੀ ਸਟਾਰਟ। ਚੱਲ ਵੀ ਚੱਲ, ਓਏ 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 ਓਏ, ਪਿਆਰ ਨਾਲ ਪਿਆਰ ਨਾਲ ਲਓ ਵੀ ਮੁੰਡਿਓ, ਪਾ ਕੇ ਪਰਲੇ ਵਾਹਣ ਦੇ ਵਿੱਚ। ਇਹਦੇ ਵਿੱਚ ਆਪਾਂ ਇੱਕ ਦੋ ਗੇੜਾ ਦੇ ਕੇ ਦੇਖੀਏ, ਸੁਪਰ ਸੀਡਰ ਚਲਾ ਕੇ ਕਰਤਾ ਜੀ। ਕਹਿੰਦੇ ਚੋਪਰਾਂ ਨੇ ਆਉਣ ਘਰ ਵੀ ਨੀਚੇ ਨੂੰ ਲੱਗ ਗਿਆ ਬੀਜਣਾ। ਚੱਲ ਚੱਲ ਚੱਲ, ਬੀਜੀ ਜਾਂਦਾ ਪੱਟੂ ਬਾਈ, ਇਹਨੂੰ ਬੀਜ ਕੇ ਇੱਕ ਦੋ ਗੇੜਾ ਲਾ ਕੇ ਦੇਖ ਲਈਏ ਹੈ ਨਾ, 9-11 ਦਾ ਨਾਲ ਚੈੱਕ ਕਰ ਲਾਂਗੇ। 20-22 ਦੀ ਸਪੀਡ 'ਤੇ ਚੱਲੀ ਜਾਂਦਾ, ਕਹਿੰਦੇ ਛੇਤੀ ਉਹ ਨਿਬੇੜ ਦੂਗਾ ਫਿਰ ਤਾਂ। ਕਣਕ ਕੁਣਕ ਬੀਜ ਕੇ ਵਾ ਆਪਣੀ ਬਾਬੇ, ਅੱਜ ਜੀਪ ਦੇ ਵਿੱਚ ਪਵਾ ਲੈਣੇ ਆਪਾਂ ਨੇ, ਮੋਡੀਫਿਕੇਸ਼ਨ ਪੂਰੀ ਫੁੱਲ ਕਰਾ ਦੇਣੀ ਅੱਜ। ਕਹਿੰਦੇ ਚੈੱਕ ਕਰੀ ਜਾਵੇ ਬਸ ਮੇਰੇ ਹਿਸਾਬ ਨਾਲ, ਚੱਲ ਦੇਖਦੇ ਹਾਂ ਜੇ ਕਰਤਾ ਉਹਨੇ, ਵੈਸੇ ਕਰਨਾ ਤਾਂ ਚਾਹੀਦਾ। ਆਪਾਂ ਇੱਥੇ ਡਰਾਈਵਰ ਲਾ ਕੇ ਚੱਲਦੇ ਹਾਂ ਹੈ ਨਾ। ਘਰੋਂ ਚੈੱਕ, ਵਾਹਣ ਉੱਚਾ ਨੀਵਾਂ ਹੋਇਆ ਪਿਆ, ਉਹਨਾਂ ਦਾ ਕੰਪਿਊਟਰ ਖਰਾਬ ਮਰਾਉਣਾ ਹੀ ਪਊਗਾ ਹੈ ਨਾ ਆਪਾਂ ਨੂੰ। ਕੰਮ ਕਰਦੇ ਹਾਂ ਦੂਜੇ ਟਰੈਕਟਰ ਦੇ ਪਿੱਛੇ ਵੀ ਨਾ, ਆਪਾਂ ਪਾ ਕੇ ਲਿਆਉਂਦੇ ਹਾਂ ਉਹਦੇ ਪਿੱਛੇ ਵੀ ਪਾਉਂਦੇ ਹਾਂ ਅਤੇ ਵੇਚਣ ਲੱਗਦੇ ਹਾਂ, ਕਿਉਂਕਿ ਇਹ ਹਿਸਾਬ ਨਾਲ ਤਾਂ ਨਹੀਂ ਵੇਚੇ ਜਾਣੇ ਸਾਰੇ ਖੇਤ। ਚਲੋ ਇੱਥੇ ਲਾਈਏ ਡਰਾਈਵਰ ਬਾਬਿਓ, ਆਪਾਂ ਉਤਰੀਏ ਟਰੈਕਟਰ ਤੋਂ। ਚੱਲ ਬਈ ਚੋਪਰਾ ਦੇਖ ਲਈਏ, ਬੀਜੀ ਵੀ ਜਾ ਰਹੀ ਹੈ ਸਹੀ। ਲਓ ਮੁੰਡਿਓ ਆਪਾਂ ਆ ਚੁੱਕੇ ਹਾਂ ਆਪਣੇ ਫਾਰਮ 'ਤੇ, ਅਤੇ ਉੱਧਰ ਕਣਕ ਬੀਜਣ ਨੂੰ ਲਾਤਾ ਅਤੇ ਆਪਾਂ ਨੇ ਬਾਬੇ ਗੱਡੀਆਂ ਇੱਥੇ ਖੜਾਤੀਆਂ ਸੀਗੀਆਂ, ਕਿਉਂਕਿ ਇੱਥੇ ਹੀ ਜ਼ਿਆਦਾ ਘੈਂਟ ਲੱਗਦੀਆਂ ਨੇ। ਕਰੋ ਚੈੱਕ ਹੈ ਨਾ, ਅਤੇ ਚੱਲੀਏ ਫਿਰ ਲੰਡੀ ਜੀਪ ਨੂੰ ਲੈ ਕੇ ਸ਼ੋਪ 'ਤੇ, ਉਹਨੂੰ ਖੜਾ ਕੇ ਆਉਂਦੇ ਹਾਂ ਅਤੇ ਫਿਰ ਸ਼ਾਮੀ ਲੈ ਆਵਾਂਗੇ ਹੈ ਨਾ। ਚੱਲ ਵੀ ਬੈਠ ਲੰਡੀ ਜੀਪ 'ਚ, ਫਿਰ ਮਾਰ ਇਹਦੀ ਸੈਲਫ ਕਰਤੇ ਸਟਾਰਟ। ਬਾਬੇ ਬਹੁਤ ਟਾਈਮ ਲੱਗਿਆ ਇੱਥੇ ਵਰਕਸ਼ਾਪ ਲੱਭਣ 'ਚ, ਨਵੇਂ ਸ਼ਹਿਰ ਦੇ ਵਿੱਚ ਨਾ ਵਰਕਸ਼ਾਪ ਨਹੀਂ ਮਿਲੀ ਹੈਗੀ ਸੌਖੀ ਜੀ, ਬਹੁਤ ਔਖੀ ਵਰਕਸ਼ਾਪ ਲੱਭੀ ਆ। ਰਸਤਾ ਇਹੀ ਜਾਊਗਾ ਆਪਾਂ ਇੱਧਰ ਦੀ ਚੱਲਦੇ ਹਾਂ, ਬਸ ਵਾਹਣ ਵਾਹਣੀ ਪਾ ਲੈਂਦੇ ਹਾਂ ਇੱਥੋਂ। ਚੱਲ ਬਈ ਚੱਲ ਚੱਲ, ਇੱਥੇ ਜੇ ਹੈ ਖੱਡਾ ਜਿਹਾ ਇੱਕ। ਚੱਲ ਬਾਏ, ਤੁਹਾਨੂੰ ਦੱਸ ਰਿਹਾ ਸੀਗਾ ਬਾਬੇ ਬਾਹਲੀ ਔਖੀ ਲੱਭੀ ਹੈ ਨਾ ਆਪਣੇ ਵਰਕਸ਼ਾਪ, ਪਰ ਮਿਲ ਗਈ ਬਾਬੇ। ਉਹ ਬੰਦਾ ਵੈਸੇ ਘੈਂਟ ਆ ਮੋਡੀਫਿਕੇਸ਼ਨ ਵਾਲਾ, ਬਾਕੀ ਦੇਖਦੇ ਹਾਂ। ਬਾਕੀ ਉਹਦੀ ਜਿਹੜੀ ਵਰਕਸ਼ਾਪ ਆ ਉਹ ਐਡੀ ਖਾਸ ਨਹੀਂ ਹੈਗੀ, ਕਿਉਂਕਿ ਉਹ ਆਪਣੇ ਪਹਿਲਾਂ ਵਾਲੇ ਦੀ ਜ਼ਿਆਦਾ ਵਧੀਆ ਸੀਗੀ। ਚੜਾ ਲਈਏ ਰੋਡ 'ਤੇ ਦੇਖ ਕੇ ਆਲਾ ਦੁਆਲਾ। ਚੱਲ ਬਈ, ਅਤੇ ਪਹਿਲਾਂ ਵਾਲੇ ਦੀ ਠੀਕ ਠੀਕ ਸੀਗੀ, ਮਤਲਬ ਕਿ ਪਹਿਲਾਂ ਵਾਲੇ ਦੀ ਸੋਰੀ ਵਧੀਆ ਸੀਗੀ ਵਰਕਸ਼ਾਪ, ਇਹਦੀ ਐਡੀ ਖਾਸ ਨਹੀਂ ਹੈਗੀ। ਬਾਕੀ ਤੁਹਾਨੂੰ ਜਾ ਕੇ ਚੈੱਕ ਕਰਾਉਂਦੇ ਹਾਂ, ਸ਼ਹਿਰ ਦੇ ਪਰਲੇ ਜੇ ਪਾਸੇ ਹੈ। ਦੱਬ ਦਿੰਦਾ ਘੋੜਾ ਜੀਪ ਦਾ ਛੇਤੀ ਛੇਤੀ। ਚੱਲ ਵੀ ਚੱਲ, ਬਹੁਤ ਔਖੀ ਲੱਭੀ ਆ ਮੁੰਡਿਓ। ਆਹ ਕਰੋ ਸ਼ਹਿਰ ਚੈੱਕ ਕਰੋ ਤੁਸੀਂ, ਇਹ ਨਵਾਂ ਸ਼ਹਿਰ ਹੈ ਕਹਿੰਦੇ। ਆਹੀ ਸੜਕ ਮੁੜਦੀ ਆ, ਇੱਕ ਮਿੰਟ ਪੁੱਛ ਲੈਂਦੇ ਕਿਸੇ ਨੂੰ ਨਾ, ਉਹ ਬਾਈ ਜੀ ਨੂੰ ਪੁੱਛ ਲੈਂਦੇ। ਹੈਲੋ ਬਾਈ ਜੀ, ਯਾਰ ਉਹ ਵਰਕਸ਼ਾਪ ਕਿੱਥੇ ਜਿਹੜਾ ਜੀਪ ਜੂਪ ਮੋਡੀਫਿਕੇਸ਼ਨ ਕਰਦਾ ਬੰਦਾ? ਅੱਗੇ ਹੀ ਆ, ਪੱਕਾ ਗੱਲ ਆ? ਚਲੋ ਠੀਕ ਹੈ, ਧੰਨਵਾਦ ਵੀਰੇ। ਚੱਲ ਬਈ, ਇੱਧਰ ਹੀ ਕਹਿੰਦੇ ਨੇ ਅੱਗੇ।
ਦੇਖ ਲੈਂਦੇ ਜਾ ਕੇ ਨਾ ਕਿੱਥੇ ਕਿ ਸ਼ਹਿਰ 'ਚ ਗੱਡੀਆਂ ਗੁੱਡੀਆਂ ਚੈੱਕ ਕਰੋ ਤੁਸੀਂ, ਘੈਂਟ ਉਹ ਸਕੂਟਰ ਖੜਿਆ ਓਏ। ਚੱਲ ਵੀ ਚੱਲ, ਸ਼ਹਿਰ ਤਾਂ ਸੋਹਣਾ, ਆਹ ਦੇਖੋ ਸੋਹਣਾ ਸੋਹਣਾ ਸ਼ਹਿਰ ਹੈ। ਇੱਥੇ ਅੱਗੇ ਕਿੱਥੇ ਕੁ ਜਾਈਏ ਹੁਣ, ਹੁਣ ਅੱਗੇ ਕੋਈ ਬੰਦਾ ਵੀ ਨਹੀਂ ਮਿਲਦਾ ਜਿਹਨੂੰ ਪੁੱਛੇ ਲਈਏ ਹੈਗਾ ਕੋਈ। ਇੱਧਰ ਨੂੰ ਚੱਲਦੇ ਹਾਂ ਫਿਰ, ਹੋਰ ਕੀ ਆ ਕਿੱਥੇ ਜੇ ਆ ਉਹ ਦੇਖੋ ਕਿੰਨੀ ਘੈਂਟ ਕਾਰ ਖੜੀ ਹੋ ਵੇ, ਇੱਥੇ ਜੇ ਹੀ ਕਹਿੰਦੇ ਤਾਂ। ਓ ਮਿਲ ਗਈ ਮਿਲ ਗਈ ਮਿਲ ਗਈ ਮਿਲ ਗਈ ਮੁੰਡੇ, ਉਹ ਵਰਕਸ਼ਾਪ ਮਿਲ ਗਈ। ਆਹ ਦੇਖੋ ਮੈਂ ਤੁਹਾਨੂੰ ਦਿਖਾਉਣਾ, ਵਰਕਸ਼ਾਪ ਬਾਹਲੀ ਹੀ ਉੱਚਾ ਨੀਵਾਂ ਜਿਹਾ ਰਸਤਾ ਬਣਾ ਰੱਖਿਆ ਨੇ, ਕਰੋ ਚੈੱਕ। ਉਹ ਖੜਿਆ ਲੈ ਮਕੈਨਿਕ ਵੀ ਆਪਣਾ, ਮਕੈਨਿਕ ਅਤੇ ਕਰੀਏ ਆਪਾਂ ਇਹਦੇ ਨਾਲ ਜਾ ਕੇ ਗੱਲਬਾਤ। ਹਾਂਜੀ ਪੂਰਾ ਓਕੇ ਕਰ ਦਿਓ, ਕਮੀ ਨਾ ਰਹਿ ਜੇ ਜੀਪ 'ਚ, ਪੂਰੀ ਮੋਡੀਫਿਕੇਸ਼ਨ ਕਰ ਦਿਓ ਫੁੱਲ, ਪੈਸੇ ਪੂਸੇ ਦੀ ਟੈਨਸ਼ਨ ਨਹੀਂ ਲੈਣੀ, ਐਨ ਪੂਰੀ ਫੁੱਲ ਮੋਡੀਫਿਕੇਸ਼ਨ ਕਰ ਦਿਓ, ਠੀਕ ਹੈ। ਚਲੋ ਓਕੇ, ਹੁਣ ਮੈਨੂੰ ਜਾਣ ਲਈ ਕੋਈ ਕਾਰ ਕੂਰ ਤਾਂ ਦੇ ਇੱਥੋਂ, ਮੈਂ ਕਾਹਦੇ 'ਚ ਜਾਊਂਗਾ, ਸਹੀ ਗੱਲ ਕਿ ਨਹੀਂ ਬਈ, ਹੈ ਨਹੀਂ ਕੁਛ, ਚੱਕ ਬੱਸ 'ਚ ਜਾਵਾਂ ਮੈਂ ਬੱਲੇ ਤੇਰੇ। ਚੱਲ ਜੀਪ ਕਰਦੀ ਮੈਂ ਸ਼ਾਮ ਨੂੰ ਆਊਂਗਾ। ਲਓ ਮੁੰਡਿਓ, ਇਹ ਕਹਿੰਦਾ ਬੱਸ ਬੁੱਸ 'ਤੇ ਤਾਂ ਨਹੀਂ ਜਾਂਦੇ ਆਪਾਂ ਨੇ ਬਾਬੇ, ਉਹ ਬਈਏ ਤੋਂ ਮੰਗਾ ਲਈ ਆਪਣੀ ਰੇਂਜ ਰੋਵਰ, ਅਤੇ ਆਪਾਂ ਆਪਣੀ ਰੇਂਜ ਰੋਵਰ ਲੈ ਕੇ ਚੱਲਾਂਗੇ ਇੱਥੋਂ, ਅਤੇ ਇਹਨੂੰ ਖੜਾ ਤੀ ਜੀਪ। ਬਾਬੇ ਕਰਦੀ ਹੁਣ ਫੁੱਲ ਮੋਡੀਫਾਈ, ਤਾਂ ਹੀ ਤੈਨੂੰ ਮਹਿੰਗੀ ਮਹਿੰਗੀ ਗੱਡੀਆਂ ਦੇਵਾਂਗੇ ਫਿਰ ਮੋਡੀਫਾਈ ਕਰਨ ਨੂੰ ਰੇਂਜ ਰੋਵਰ ਵਰਗੀਆਂ, ਪਹਿਲਾਂ ਇਹ ਤਾਂ ਕਰ। ਚੱਲ ਬਾਈ ਰੇਂਜ ਰੋਵਰ, ਹੁਣ ਰਸਤਾ ਪਤਾ ਲੱਗ ਗਿਆ ਇਹਦੀ ਵਰਕਸ਼ਾਪ ਦਾ, ਅੱਜ ਤਾਂ ਨਹੀਂ ਕਹਿੰਦਾ ਮੈਂ ਦਿੰਦਾ ਗੱਡੀ, ਮੈਨੂੰ ਤਾਂ ਐਸੀ ਮੈਂ ਕਿ ਸ਼ਾਮ ਨੂੰ ਦੇ ਦੂਗਾ, ਸਵੇਰੇ ਦਊਗਾ ਤਾਂ ਰਾਤ ਲੰਘਾਉਣੀ ਪੈਣੀ। ਚਲ ਰਾਤ ਨੂੰ ਕਣਕ ਕੁਣਕ ਬੀਜ ਲਾਂਗੇ ਹੈ ਨਾ ਬਾਬਿਓ, ਸਵੇਰੇ ਸਾਜਰੇ ਆ ਕੇ ਤੋਂ ਗੱਡੀ ਲੈ ਕੇ ਜਾਵਾਂਗੇ, ਦੇਖਦੇ ਹਾਂ ਕੀ ਕੁਛ ਕਰਦਾ ਇਹਨੂੰ ਰੇਂਜ ਰੋਵਰ। ਚੱਲ ਵੀ ਚੱਲ, ਹੌਲੀ ਪੱਜਦੀ ਹੋਵੇ ਉਹ, ਰੋ ਹੌਲੀ 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 ਹੌਲੀ, ਅੱਗੇ ਹੀ ਲੰਘ ਗਿਆ ਮੈਂ ਕਹਿੰਦਾ, ਹੈ ਨਾ ਆਹ ਵੀ ਅੱਗੇ ਨੂੰ ਵੀ ਰਸਤਾ ਜਾਂਦਾ ਹੀ ਹੋਊਗਾ। ਇੱਕ ਤਾਂ ਯਾਰ ਨਵੇਂ ਸ਼ਹਿਰ 'ਚ ਨਾ ਬੜਾ ਪੰਗਾ, ਪਤਾ ਹੀ ਨਹੀਂ ਲੱਗਦਾ ਕਿੱਧਰ ਕਿੱਧਰ ਦੀ ਜਾਣਾ ਅਜੇ। ਚਲੋ ਕੋਈ ਨਹੀਂ, ਅੱਜ ਤੱਕ ਕੱਲ੍ਹ ਤੱਕ ਭੇਤ ਪੈ ਜੂਗਾ ਆਪਣੇ ਸ਼ਹਿਰ ਦਾ ਵੀ। ਇੱਥੇ ਹਾਂ ਇਹੀ ਸੜਕ ਹੈ, ਆਹ ਮੇਨ ਰੋਡ ਹੀ ਅੱਗੇ, ਹੁਣ ਤਾਂ ਅਸੀਂ ਦੱਬੀ ਜਾਵਾਂਗੇ ਇਹਨੂੰ। ਬੀਜੀ ਜਾਂਦਾ ਖਰਚਾ 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 ਖਰਚਾ, ਕਿਤੇ ਰੁਕਦੀ ਨਹੀਂ ਹੈਗੀ, ਕਰ ਬੈਕ ਕਰ। ਬੀਜੀ ਜਾਂਦਾ ਮੁੰਡਾ, ਰਾਲੇ ਦਾਲੇ ਦੇ ਗੇੜੇ ਮਾਰਨੇ ਪੈਣੇ ਉਹ ਪੱਟੂ ਆਪਾਂ ਨੂੰ। ਇੱਕ ਕੰਮ ਕਰਦੇ ਹਾਂ, ਵੱਡੀ ਮਸ਼ੀਨ ਲੈ ਕੇ ਆਉਂਦੇ ਹਾਂ ਕਿਸੇ ਯਾਰ ਮਿੱਤਰ ਦੀ, ਅਤੇ ਕਣਕ ਬੀਜਦੇ ਹਾਂ ਲਿਆ ਕੇ ਵੱਡੀ ਮਸ਼ੀਨ ਆ, ਹੈ ਨਾ। ਚਲੋ ਦੇਖਦੇ ਹਾਂ, ਇਹ 'ਚ ਬਾਬੇ ਬੀਜਤੀ ਸੀ ਕਿ ਆਹ ਵਣ 'ਚ ਸੁਹਾਗਾ ਮਾਰਨਾ, ਕੱਲ੍ਹ ਨੂੰ ਮਾਰਾਂਗੇ ਹੈ ਨਾ ਸਵੇਰੇ। ਇੱਕ ਆਪਾਂ ਨੇ ਰਸਤਾ ਪੱਕਾ ਕਰਾਉਣਾ ਯਾਰ ਆਪਣੇ ਵਾਹਣ ਨੂੰ ਜਾਣ ਵਾਲਾ, ਮਤਲਬ ਕਿ ਆਪਣੇ ਫਾਰਮ 'ਤੇ ਜਾਣ ਵਾਲਾ। ਚੱਲ ਵੀ ਚੱਲ, ਲਓ ਮੁੰਡੇ ਰੇਂਜ ਰੋਵਰ ਨੂੰ ਖੜਾਈਏ ਇੱਥੇ, ਅਤੇ ਉਤਰੀਏ ਅਤੇ ਚੱਲੀਏ ਭੱਜ ਕੇ ਜਾ ਕੇ ਦੂਜੇ 11 'ਤੇ। ਚੱਲ ਬਈ ਇਹਨੂੰ ਕਰੀਏ ਸਟਾਰਟ, ਅਤੇ ਲਿਆਈਏ ਜਾ ਕੇ ਮਸ਼ੀਨ, ਹੈ ਨਾ ਮਸ਼ੀਨ ਲਿਆਉਣੇ ਬਾਬੇ ਯਾਰ ਮਿੱਤਰ ਤੋਂ, ਅਤੇ ਕਣਕ ਬੀਜਣਾ ਸਟਾਰਟ ਕਰਦਾ। ਵੱਡੀ ਮਸ਼ੀਨ ਲਿਆਉਣੀ ਕਿਉਂਕਿ ਇਹਦੇ ਪਿੱਛੇ ਛੋਟਾ ਵੱਡਾ ਟਰੈਕਟਰ ਹੈ, ਤਾਂ ਵੱਡੀ ਮਸ਼ੀਨ ਨੂੰ ਵੀ ਖਿੱਚ ਲੂਗਾ, ਛੇਤੀ ਛੇਤੀ ਕਣਕ ਬੀਜੀ ਜਾਊਗੀ। ਚਲੋ ਜੀ ਲਓ ਮੁੰਡੇ, ਆਪਾਂ ਲੈ ਜਾਂਦੀ ਹੈ ਜੀ ਮਸ਼ੀਨ ਮੰਗ ਕੇ ਕਿਸੇ ਦੀ, ਅਤੇ ਆਪਾਂ ਬਸ ਹੁਣ ਕਣਕ ਬੀਜਦੇ ਹਾਂ, ਅਤੇ ਇੱਕ 'ਚ ਉਹ ਬੀਜੀ ਜਾਊਗਾ, ਇੱਕ 'ਚ ਇਹਦੇ ਨਾਲ ਬੀਜਦੇ ਹਾਂ, ਹੈ ਨਾ।
ਅਤੇ ਹਨੇਰਾ ਵੀ ਹੋਣ ਵਾਲਾ ਹੀ ਆ, 5 ਵੱਜ ਚੁੱਕੇ ਨੇ ਸ਼ਾਮ ਦੇ, ਅਤੇ ਰਾਤ ਲੰਘਾ ਕੇ ਬਸ ਸਵੇਰੇ ਹੀ ਆਪਾਂ ਲੈ ਕੇ ਆਵਾਂਗੇ ਆਪਣੀ ਜੀਪ, ਅੱਜ ਇਹਨੂੰ ਲਾਈਏ ਇੱਥੇ ਕਣਕ ਬੀਜਣ। ਤੋਕੇ ਟੋਏ ਕਿੰਨਾ ਘੇਰ ਲੈ ਕੇ ਜਾਊ ਇਹ ਮਸ਼ੀਨ ਇਹ, ਅਗਰ ਇਹ ਤਾਂ ਆਪਾਂ ਦੋ ਇੱਕ ਦੋ ਗੇੜੇ 'ਚ ਹੀ ਬੀਜ ਦਾਂਗੇ। ਇੱਕ ਤਾਂ ਬਾਬੇ ਯਾਰ ਇਹ ਮਸ਼ੀਨ ਦਾ ਇਹ ਫਾਇਦਾ ਕਿ ਆਪਾਂ ਨੂੰ, ਓਏ 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 ਆਹ ਕੀ ਕਰ ਲਿਆ, ਚੱਲ 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 ਚੱਲ। ਅੱਛਾ ਆਪਾਂ ਨੂੰ ਉਹ ਨਹੀਂ ਕਰਨੀ ਸੀਗੀ ਹਜੇ, ਟੇਡੀ ਟਪਾਉਣੀ ਪੈਣੀ ਆ ਬਾਬੇ ਮਸ਼ੀਨ ਯਾਰ ਨੀਚੇ ਲੱਗ ਗਈ, ਇੱਦਾਂ ਕਰਕੇ ਟਪਾਉਣੀ ਪੈਣੀ ਆ। ਹਾਂ ਹੁਣ ਇਹਨੂੰ ਖੋਲਦੇ ਆਪਾਂ, ਅਤੇ ਬਸ ਇਹਨੂੰ ਬਾਬੇ ਬੀਜਦੇ ਹਾਂ ਛੇਤੀ ਛੇਤੀ। ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਉਹ ਦੂਜੀ ਮਸ਼ੀਨ ਨਾਲ ਤਾਂ ਯਾਰ ਆਪਾਂ ਨੂੰ ਰੇਹ ਵੀ ਪਾਉਣਾ ਪੈਣਾ, ਇਹਦੇ ਨਾਲ ਆਪਾਂ ਨੂੰ ਰੇਹ ਪਾਉਣ ਦੀ ਲੋੜ ਨਹੀਂ ਹੈਗੀ। ਬਾਈ ਇਹਨੂੰ ਕਰਦੇ ਹਾਂ ਆਪਾਂ ਇੱਥੇ, ਇਹ ਕਰੀਏ ਇਹਨੂੰ ਔਨ, ਕਰੀਏ ਇਹਨੂੰ ਨੀਚੇ, ਦੇਖੀਏ ਬੀਜਦੀ ਹੈ। ਓਹੋ ਹੋ ਧੂੜਾਂ ਹੀ ਪੱਟੀ ਜਾਂਦੀ ਹੈ, ਪਤਾ ਤਾਂ ਲੱਗ ਹੀ ਨਹੀਂ ਰਿਹਾ ਪਿੱਛੇ। ਓਹੋ ਹੋ ਕੀ ਸਫਾਈ ਨਾਲ ਬੀਜਦੀ ਹੈ ਬਾਬੇ, ਇਹ ਪਾਓ ਫੁਲਾਰੇ। ਚੱਲ ਬਈ ਇਹਦੇ 'ਤੇ ਵੀ ਲਾਈਏ ਡਰਾਈਵਰ, ਤਾਂ ਉਤਰੀਏ ਦੇਖੀਏ। ਉਹ ਆਹ ਕਿਉਂ ਛੱਡਤਾ, ਚਲੋ ਟਰੈਕਟਰ ਨਾਲ ਲਾ ਦਾਂਗੇ ਇਹਦੇ ਕਰਕੇ। ਚਲੋ ਬਾਬੇ ਇਹਨਾਂ ਨੂੰ ਬੀਜਣ ਦਿਉ ਉਨਾ ਟਾਈਮ, ਹੈ ਨਾ ਆਪਾਂ ਦੇਖਦੇ ਹਾਂ ਘਰ ਚੱਲਦੇ ਹਾਂ ਆਪਾਂ, ਇਹਨਾਂ ਨੂੰ ਬੀਜੀ ਜਾਣ ਤੋਂ ਇੱਕ ਤਾਂ ਪੈਦਲ ਜਾਣਾ ਪੈਂਦਾ ਘਰ ਵੀ। ਤਾਂ ਇੱਕ ਸਾਈਕਲ ਲਈਏ ਯਾਰ, ਮੈਂ ਕਹਿੰਦਾ ਸਾਈਕਲ ਲਿਆਈਏ ਪਹਿਲਾਂ ਜਾ ਕੇ, ਮਾੜਾ ਮੋਟਾ ਖੇਤ ਖੁਤ ਗੇੜਾ ਮਾਰਨ ਨੂੰ ਨਾ ਇੱਕ ਸਾਈਕਲ ਲਈਏ ਜਾ ਕੇ, ਭੱਜ ਕੇ ਜਾ ਕੇ ਪਹਿਲਾਂ। ਸਹੀ ਗੱਲ ਹੈ ਨਾ ਬਾਬਿਓ, ਸਾਈਕਲ ਲਿਆਉਂਦੇ ਹਾਂ ਪਹਿਲਾਂ ਜਾ ਕੇ, ਰੇਂਜ ਰੋਵਰ 'ਚ ਬੈਠੀਏ ਮੁੰਡਿਓ। ਅਤੇ ਮੈਂ ਤੁਹਾਨੂੰ ਹੁਣੇ ਕਹਿ ਕੇ ਹਟਿਆ ਨਾ ਵੀ ਸਾਈਕਲ ਲਿਆਈਏ ਗੇੜਾ ਗੂੜਾ ਮਾਰਨ ਨੂੰ, ਖੇਤ ਚਾਹ ਫੜਾਉਣ ਨੂੰ, ਇੱਦਾਂ ਨਹੀਂ ਗੱਲ ਬਣਦੀ ਯਾਰ। ਉੱਥੇ ਹੀ ਖੜਾ ਕੇ ਰੱਖਿਆ ਕਰਾਂਗੇ ਉਹਨੂੰ, ਜਿੱਥੇ ਜੀ ਕਰਿਆ ਉੱਥੋਂ ਚੱਕ ਲਿਆ ਆਪਣਾ। ਚੱਲ ਬਈ ਬੱਚੇ ਦੀ ਸ਼ੌਪ ਹੈ ਯਾਰ ਸਾਈਕਲਾਂ ਦੀ, ਤਾਂ ਆਪਾਂ ਨੇ ਹੁਣ ਲਿਆਉਣਾ, ਮਿੰਟ ਲਾਉਣਾ ਬਸ, ਦੇਖੀ ਚਲੋ ਬਸ ਮਿੰਟ 'ਚ ਆ ਜਾਵਾਂਗੇ ਆਪਾਂ ਲੈ ਕੇ। ਲਓ ਮੁੰਡੇ ਸਾਈਕਲਾਂ ਨਾਲ ਆਪਣੀ ਹੋ ਗਈ ਗੱਲ, ਅਤੇ ਰੇਹੜੀ ਵਾਲੇ ਨੂੰ ਆਪਾਂ ਪੈਸੇ ਦੇ ਆਏ ਹਾਂ, ਬਸ ਘਰ ਪਹੁੰਚਾ ਦੂਗਾ ਉਹ ਆਪਣੇ ਹੁਣ ਸਾਈਕਲ। ਹੋਰ ਯਾਰ ਸਾਈਕਲ ਜ਼ਰੂਰੀ ਹੈ ਘਰ, ਹੈ ਨਾ, ਮਾੜਾ ਮੋਟਾ ਹਰੇਕ ਜਗ੍ਹਾ ਗੱਡੀ ਰੇਂਜ ਰੋਵਰ ਵੀ ਨਹੀਂ ਚੱਕੀ ਜਾਂਦੀ, ਮੰਨਦੇ ਹੋ ਕਿ ਨਹੀਂ ਬਾਬਿਓ, ਤਾਂ ਕਰਕੇ ਹੁਣ ਸਾਈਕਲ ਮੰਗਾਇਆ, ਬਸ ਆਪਣੇ ਪਿੱਛੇ ਪਿੱਛੇ ਆਉਂਦਾ ਹੋਊਗਾ ਉਹ। ਬਸ ਲੈ ਕੇ ਆਪਾਂ ਚੱਲੀਏ ਆਪਣੀ ਕੋਠੀ, ਦੇਖੀਏ ਕਣਕ ਕੁਣਕ ਕਿੰਨੀ ਕੁ ਬੀਜਤੀ ਉਹਨਾਂ ਨੇ, ਟਾਈਮ ਵੀ ਬਹੁਤ ਹੋਈ ਜਾਂਦਾ ਯਾਰ। ਇੱਕ ਤਾਂ ਚਾਹ ਚੂਹ ਪੀਏ ਜਾ ਕੇ ਪਹਿਲਾਂ ਤਾਂ ਘਰ, ਇੰਨੇ ਉਹ ਰੇਹੜੀ ਵਾਲਾ ਆਜੂਗਾ ਸਾਈਕਲ ਸੂਕਲ ਤਰਾਈਏ, ਫਿਰ ਤੁਹਾਨੂੰ ਸਾਈਕਲ ਤਾਂ ਹੋਣਾ ਅੱਜ। ਲਓ ਮੁੰਡੇ ਹੋਏ ਆਪਣੀ ਆ ਗਈ ਸਾਈਕਲ, ਕਹਿੰਦੇ ਲਾਲ ਰੰਗ ਦੀ, ਘੈਂਟ ਹੈ ਨਾ, ਚਲਾਈਏ ਫਿਰ ਇਹਨੂੰ, ਘੈਂਟ ਹੈ ਯਾਰ। ਹੁਣ ਆਈਏ ਖੇਤ ਗੇੜਾ ਮਾਰ ਕੇ ਸਾਈਕਲ 'ਤੇ, ਹੁਣ ਆਊਗਾ ਨਜ਼ਾਰਾ। ਹੋਰ ਯਾਰ ਸਾਈਕਲ ਸੂਕਲ ਚਾਹੀਦਾ ਹੁੰਦਾ ਖੇਤਾਂ ਲਈ, ਚੱਲ ਬਈ ਮੈਨੂੰ ਲੱਗਦਾ ਇਹਨੇ ਮਸ਼ੀਨ ਦਾ ਦੇਖੋ ਆਹ ਫਾਇਦਾ ਸਾਈਕਲ ਦਾ, ਆਹ ਦੇ ਕੀ ਕਰੀ ਫਿਰਦਾ, ਇਹ ਕੰਮ ਨੇ ਤੇਰੇ ਉਹ ਬੀਜਣ ਵਾਲੇ, ਛੱਡ ਕੇ ਹੀ ਲੰਘ ਗਿਆ ਡਰਾਈਵਰ ਵੀ, ਬਸ ਸਿਰਾ ਆਈਟਮਾਂ ਹੀ ਨੇ ਬਾਈ। ਜਦ ਪਤਾ ਹੈ ਕਿ ਇੱਧਰ ਬਈ ਬੱਟ ਉੱਚੀ ਹੈ ਯਾਰ, ਇੱਧਰ ਮਾੜਾ ਮੋਟਾ ਦੇਖ ਕੇ ਬੀਜ ਲਵੇ, ਹੈ ਨਾ, ਇੰਨੀ ਕੁ ਤਾਂ ਅਕਲ ਹੋਣੀ ਚਾਹੀਦੀ ਹੈ ਇਹਨਾਂ ਨੂੰ। ਆਪਾਂ ਸਾ ਕੇ ਖੜਾ ਲਿਆ ਉਰੇ ਫੁੱਫੜ ਆਪਣਾ ਸੜਿਆ ਨੇ, ਚਲੋ
ਚਲੋ ਠੀਕ ਆ ਬਾਬੇ, ਮੈਂ ਬੀਜਦਾ ਕਣਕ ਰਾਤ ਨੂੰ, ਤੁਹਾਨੂੰ ਮੈਂ ਮਿਲਦਾ ਸਵੇਰੇ। ਅਤੇ ਸਵੇਰੇ ਤੁਹਾਨੂੰ ਹੁਣ ਜੀਪ ਲਿਆ ਕੇ ਦਿਖਾਉਣਾ, ਮੋਡੀਫਿਕੇਸ਼ਨ ਜਿਹੜੀ ਕਰੀ ਹੋਈ ਹੈ ਜੀਪ ਦੀ। ਮੈਂ ਕਣਕ ਬੀਜ ਕੇ ਫਿਰ ਮਿਲਦਾ। ਹਾਂਜੀ ਮੁੰਡਿਓ, ਯਾਰ ਰਾਤ ਨੂੰ ਕਣਕ ਬੀਜ ਰਹੇ ਸੀ, ਤੁਹਾਨੂੰ ਪਤਾ ਹੀ ਆ ਮੀਂਹ ਆ ਗਿਆ ਯਾਰ, ਬਾਹਲਾ ਕੰਮ ਨੁਕਸਾਨ ਹੋ ਗਿਆ। ਅਤੇ ਆਪਾਂ ਚੱਲੇ ਘਰ ਨੂੰ ਰਾਤ ਨੂੰ, ਨਾਲੇ ਤੁਹਾਨੂੰ ਕੋਠੀ ਦਿਖਾ ਦੂੰਗਾ ਕਿਹੋ ਜਿਹੀ ਲੱਗਦੀ ਹੈ। ਛੇਤੀ ਛੇਤੀ ਚੱਲੀਏ, ਭਿੱਜ ਗਏ ਯਾਰ ਬਾਬੇ ਆਪਾਂ ਤਾਂ ਸਾਰੇ ਹੀ। ਕੋਠੀ ਕਰੋ ਚੈੱਕ ਰਾਤ ਨੂੰ ਕਿੰਨੀ ਘੈਂਟ ਲੱਗਦੀ ਹੈ, ਹੈ ਨਾ, ਹੋਏ ਲਾਈਟਾਂ ਲੂਟਾਂ ਲਾ ਕੇ। ਚਲੋ ਇਹਨੂੰ ਛੇਤੀ ਛੇਤੀ ਸ਼ੈੱਡ ਥੱਲੇ ਲਾਈਏ ਅਤੇ ਸੋਈਏ ਜਾ ਕੇ ਘਰ 'ਚ, ਹੈ ਨਾ। ਲਓ ਜੀ ਇਹਨੂੰ ਇੱਥੇ ਕਰੀਏ ਲਾਈਟਾਂ ਬੰਦ ਇਹਦੀਆਂ, ਅਤੇ ਤੋਂ ਉਤਰੀਏ। ਚੱਲ ਬਾਈ, ਲਓ ਮੁੰਡੇ ਪਹੁੰਚ ਗਏ ਜੀ ਆਪਾਂ। ਹੁਣ ਆਪਾਂ ਸੋਈਏ ਆਪਣੀ ਕੋਠੀ 'ਚ ਜਾ ਕੇ, ਅਤੇ ਸਵੇਰੇ ਚੱਲੀਏ ਲੰਡੀ ਜੀ ਪਲੇਨ ਸਭ ਤੋਂ ਪਹਿਲਾਂ, ਠੀਕ ਹੈ ਜੀ। ਮੁੰਡੇ ਰਾਤ ਆਪਾਂ ਤੁਹਾਨੂੰ ਪਤਾ ਜੀ ਲੇਟ ਸੁੱਤੇ ਸੀਗੇ, ਕਿਉਂਕਿ ਰਾਤ ਮੀਂਹ ਮੂੰਹ ਆ ਗਿਆ ਸੀਗਾ, ਅਤੇ ਆਪਾਂ ਘਰੇ ਆ ਕੇ ਪੈ ਗਏ ਸੀਗੇ, ਲੇਟ ਪਏ ਸੀਗੇ, ਤਾਂ ਕਰਕੇ ਯਾਰ ਆਪਾਂ ਸਵੇਰੇ ਹੁਣ 9 ਵੱਜ ਚੁੱਕੇ ਨੇ ਉੱਠਦੇ ਉਠਾਉਂਦਿਆਂ ਨੂੰ। ਅਤੇ ਸਭ ਤੋਂ ਪਹਿਲਾਂ ਆਪਾਂ ਚੱਲੀਏ ਕਣਕਾਂ 'ਚ, ਬੀਜ ਨਹੀਂ ਸਕਦੇ, ਤੁਹਾਨੂੰ ਵੀ ਪਤਾ ਰਾਤ ਮੀਂਹ ਪੈ ਚੁੱਕਿਆ ਅਤੇ ਵਾਹਣ ਸਾਰੇ ਗਿੱਲੇ ਨੇ। ਅਤੇ ਚਲੋ ਲੰਡੀ ਜੀਪ ਤਾਂ ਲਈ ਜਾ ਕੇ, ਹੈ ਨਾ, ਉਹਦਾ ਫੋਨ ਆਪਾਂ ਉਹਨੂੰ ਕਰ ਲਿਆ ਤਾਂ 8 ਵਜੇ ਬੁਲਾ ਰਿਹਾ ਸੀ, ਪਰ ਚਲੋ ਆਪਾਂ ਹੀ ਲੇਟ ਉੱਠੇ ਹਾਂ। ਅਤੇ ਆਪਾਂ ਚੱਲਦੇ ਹਾਂ ਪਹਿਲਾਂ ਲੰਡੀ ਜੀਪ ਲੈਣ, ਅਤੇ ਵਾਹਣ ਯਾਰ ਆਪਣੇ ਗਿੱਲੇ ਪਏ ਨੇ। ਮੈਨੂੰ 10 ਕਿੱਲਾ ਵੀ ਥੋੜ੍ਹਾ ਜਿਹਾ ਰਹਿ ਗਿਆ ਸੀਗਾ ਬੀਜਣ ਤੋਂ, ਚਲੋ ਇੱਕ ਤਾਂ ਬੀਜਿਆ ਗਿਆ ਸੀਗਾ, ਠੀਕ ਹੈ ਜੀ। ਅਤੇ ਡਰਾਈਵਰ ਆਪਣਾ ਮੋਟਰ ਵਾਲੇ ਕੋਠੇ 'ਚ ਹੀ ਸੋ ਗਿਆ ਰਾਤ, ਉੱਥੇ ਟਰੈਕਟਰ ਲਾ ਕੇ, ਆਪਣਾ ਦੂਜਾ ਟਰੈਕਟਰ ਆਇਆ ਹੀ ਨਹੀਂ ਹੈਗਾ ਘਰੇ। ਇੱਕ ਆਪਾਂ ਲੈ ਆਏ ਸੀਗੇ ਜਿਹਦੇ ਨਾਲ ਆਪਾਂ ਬੀਜੀ ਜਾਂਦੇ ਸੀ, ਉਹਦੇ ਵਿੱਚ ਜਿਹੜਾ ਮੈਂ ਬੀਜ ਰਿਹਾ ਸੀ ਖੇਤ, ਆਹ ਰਹਿ ਗਿਆ ਸੀ ਬਾਬੇ ਇੱਧਰਲੇ ਪਾਸੇ 'ਚ, ਦੇਖ ਰਹੇ ਹੋ, ਇੱਥੇ ਜੇ ਰਹਿ ਗਿਆ ਸੀ ਜਦੇ ਮੀਂਹ ਆ ਗਿਆ, ਮੈਂ ਫਿਰ ਲੰਘ ਗਿਆ ਸੀ ਘਰ ਨੂੰ। ਚਲੋ ਇਹਨੂੰ ਬੀਜ ਦੂੰਗਾ ਬਾਬੇ ਮੈਂ ਔਫਲਾਈਨ, ਠੀਕ ਹੈ ਜੀ। ਆਪਾਂ ਉੱਥੇ ਥੋੜ੍ਹੀ ਬਹੁਤੀ ਆਪਾਂ ਰੇਹਰੂ ਪਾਉਣਾ ਜਿਹੜਾ ਫਿਰ ਅਗਲੇ ਐਪੀਸੋਡ 'ਚ ਪਾ ਦਾਂਗੇ। ਅਤੇ ਲਓ ਜੀ ਮੁੰਡੇ ਵਰਕਸ਼ਾਪ 'ਤੇ ਆਪਾਂ ਪਹੁੰਚਣ ਵਾਲੇ ਹਾਂ ਬਾਬੇ, ਲੰਡੀ ਜੀਪ ਦੇਖ ਕੇ ਤੁਸੀਂ ਵੀ, ਉਹ ਤੇਰੀ ਓਏ ਮਾਰਿਆ ਪੱਟ ਕੇ ਕਿੱਥੇ ਤੋਂ ਕਿੱਥੇ, ਤੁਸੀਂ ਦੇਖਿਓ ਲੰਡੀ ਜੀਪ ਕਿਹੋ ਜਿਹੀ ਬਣੂ ਕਿਹੋ ਜਿਹੀ ਨਹੀਂ ਬਣਾਈ ਉਹਨੇ, ਦੇਖ ਕੇ ਪਤਾ ਲੱਗੂ। ਹੁਣ ਮੈਨੂੰ ਖੁਦ ਨਹੀਂ ਪਤਾ ਬਾਬੇ ਕਿੱਦਾਂ ਦੀ ਮੋਡੀਫਿਕੇਸ਼ਨ ਕੀਤੀ ਆ ਉਹਨੇ, ਕਦਰ ਜ਼ਰੂਰ ਮੇਰੀ ਚੋਇਸ ਦਾ, ਮੈਂ ਕਹਿ ਕੇ ਆਇਆ ਸੀ ਉਹਨੂੰ, ਤੁਹਾਨੂੰ ਲਾਈਏ ਰੇਂਜ ਰੋਵਰ। ਓਏ ਹੋਏ 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 ਹੋਏ, ਉਹ 1 ਮਿੰਟ ਯਾਰ, ਰੇਂਜ ਰੋਵਰ ਲਾਈਏ ਸਾਈਡ 'ਚ ਮਾੜੀ ਜੀ, ਉੱਤਰ ਕੇ ਚੈੱਕ ਕਰੀਏ ਬਾਬੇ। ਉਹ ਸਿਰਾ ਹੀ ਕਰਾ ਛੱਡਿਆ ਓਏ, ਕਿਹੋ ਜਿਹੀ ਲੱਗ ਰਹੀ ਹੈ ਬਾਬੇ ਜੀਪ ਯਾਰ, ਬਾਬੇ ਐਂਡ ਬਾਈ ਯਾਰ, ਐਂਡ ਲਾਤੀ ਯਾਰ, ਇਹੋ ਜਿਹੀ ਮੋਡੀਫਿਕੇਸ਼ਨ ਸਾਡੇ ਪੁਰਾਣੇ ਸ਼ਹਿਰ 'ਚ ਵੀ ਨਹੀਂ ਹੁੰਦੀ ਸੀ, ਜਿਹੋ ਜਿਹੀ ਤੈਅ ਕਰਤੀ ਓਏ, ਕਿੰਨੀ ਘੈਂਟ ਲੱਗਦੀ ਹੈ ਯਾਰ। ਮੈਨੂੰ ਤਾਂ ਐਸੀ, ਮੈਂ ਡਰਾਈਵਰ ਨੂੰ ਕਹਿ ਦੂੰਗਾ ਵੀ ਇਹਨੂੰ ਹੀ ਕਹਿ ਦੂੰਗਾ ਵੀ ਛੱਡਿਆ ਕੋ ਜੀਪ, ਪਰ ਨਾ ਹੁਣ ਤਾਂ ਆਪਾਂ ਆਪ ਚਲਾ ਕੇ ਲੈ ਕੇ ਜਾਵਾਂਗੇ ਯਾਰ ਜੀਪ ਨੂੰ। ਕਰੀਏ ਯਾਰ ਸੈਲਫ ਸਟਾਰਟ, ਚੱਲ ਬਈ ਮਾਰੀਏ ਸੈਲਫ ਗੱਡੀ ਦੀ, ਟਾਇਰ ਕਰੋ ਓਏ ਚੈੱਕ ਬਾਬੇ। ਓਏ ਹੋਏ ਹੋਏ, ਚੱਚਦੀ ਹੈ ਬਾਬੇ ਜੀਪ, ਸਿਰਾ ਹੀ ਕਰਾਤਾ ਓਏ ਲੰਡੀ ਜੀਪ ਵਾਲਾ ਤਾਂ ਬਾਬੇ, ਕਿੰਨੀ ਘੈਂਟ ਲੱਗਦੀ ਆ ਓਏ। ਕਲਰ ਚੈੱਕ ਕਰੋ ਤੁਸੀਂ ਗੱਡੀ ਦਾ, ਹੈ ਨਾ, ਐਂਡ ਗੱਲਬਾਤ ਲਾਤੀ। ਚਲੋ ਆਪਾਂ ਇਹਨੂੰ ਲੈ ਕੇ ਚੱਲੀਏ ਛੇਤੀ ਛੇਤੀ ਆਪਣੀ ਕੋਠੀ, ਦੇਖਦੇ ਹਾਂ ਕੋਠੀ ਜਾ ਕੇ ਕਿੱਦਾਂ ਦੀ ਲੱਗਦੀ ਆਪਣੀ ਲੰਡੀ ਜੀਪੜੀ। ਚੱਲ ਵੀ ਚੱਲ, ਲਓ ਮੁੰਡੇ ਰੋਡ 'ਤੇ ਚੜ੍ਹਾ ਲਈ ਜੀਪ ਆਪਾਂ ਨੇ, ਇੰਜਣ ਉਂਜਣ 'ਚ ਵੀ ਮਿਲਣਾ ਤਾਂ ਉਹਨੂੰ ਕੁਛ ਕਰਿਆ ਹੋਊਗਾ ਯਾਰ। ਟਾਇਰ ਤਾਂ ਬਾਬੇ ਸਿਰਾ ਹੀ ਕਰਾਤੇ, ਹੈ ਨਾ, ਓਏ ਜ਼ਿੰਦਗੀ ਬਣਾਤੀ ਜੀਪ ਦੀ ਤਾਂ, ਜੀਪ ਤਾਂ ਸਿਰਾ ਕਰਾ ਛੱਡਿਆ ਜੀਪ ਦਾ ਤਾਂ। ਕਰੋ ਚੈੱਕ, ਮੇਰੇ ਟਾਇਰ ਬਾਬੇ ਬਾਹਲੀ ਪਸੰਦ ਆਈ ਹੈ ਯਾਰ ਜੀਪ, ਤੁਸੀਂ ਦੱਸਿਓ ਕਮੈਂਟਾਂ ਦੇ ਵਿੱਚ ਤੁਹਾਨੂੰ ਕਿੱਦਾਂ ਦੀ ਲੱਗੀ ਹੈ, ਠੀਕ ਹੈ ਜੀ। ਬਾਹਲਾ ਹੀ ਸਿਰਾ ਕਰਾ ਰੱਖਿਆ ਜੀਪ ਵਾਲਾ ਤਾਂ ਮੁੰਡੇ ਨੇ, ਕੱਚੀ ਪਹੀ ਨੂੰ ਨਹੀਂ, ਉੱਧਰ ਹੱਥ ਦੋਨੇ ਪਾਸੇ ਕੱਚੀ ਪਹੀਆਂ ਨੇ ਆਪਣੇ, ਤਾਂ ਹਰਕ ਜਾਂਦੀ ਨਹੀਂ। ਚਲੋ ਪਰਲੇ ਰਸਤੇ ਨੂੰ ਚੱਲਦੇ ਹਾਂ ਆਪਾਂ, ਲੈ ਕੇ ਇਹਨੂੰ ਸਾਹਮਣੇ ਦੀ ਹੈ ਨਾ ਐਨ ਬਿਲਕੁਲ, ਕਰੀਏ ਚੈੱਕ ਕੋਠੀ 'ਚ ਜਾ ਕੇ ਖੜਾਈਏ ਜੀਪ ਨੂੰ ਬਾਬੇ ਯਾਰ। ਹੁਣ ਕਿੰਨੀ ਘੈਂਟ ਲੱਗਿਆ ਕਰੂ ਉਹ ਜੀਪ ਖੜੀ, ਸਿਰਾ ਹੀ ਕਰਾਤਾ, ਦੇਖੋ ਲੱਗਦੀ ਹੈ ਘੈਂਟ।
ਸਿਰਾ ਕਰਾ ਟਾਇਰਾਂ ਵਾਲੀ ਤਾਂ ਯਾਰ ਐਂਡ ਲਾਤੀ ਬੰਦੇ ਨੇ, ਰੰਗ ਆਪਣੀ ਚੋਇਸ ਦਾ ਸੀਗਾ, ਰੰਗ ਆਪਾਂ ਨੇ ਕਹਿ ਕੇ ਕਰਾਇਆ ਉਹਨੂੰ ਗਰੇ ਜਾ, ਪਰ ਟਾਇਰ ਜਿਹੜੇ ਉਹਨੇ ਪਾਏ ਨੇ ਨਾ ਇਹਦਾ ਸਿਰਾ ਹੀ ਕਰਾ ਛੱਡੇ ਨੇ, ਇੱਥੇ ਲਾਈਏ ਹੁਣ ਤਾਂ ਜੀ ਵੈਗਨ ਜੂ ਵੈਗਨ ਕੁਛ ਨਹੀਂ ਇਹਦੇ ਮੂਹਰੇ, ਹੁਣ ਜਿੱਥੇ ਲੰਡੀ ਜੀਪ ਖੜ ਗਈ ਕਹਿੰਦੇ ਬਹਿ ਕਰਕੇ ਲਾਉਂਦੇ ਆ ਇਹਨੂੰ, ਹੁਣ ਇੱਥੇ ਖੜਾਈਏ ਇਹਨੂੰ, ਪਰ ਉਹ ਚੈੱਕ ਮੁੰਡਿਓ ਥੋੜ੍ਹੀ ਜਿਹੀ ਅੱਗੇ ਕਰਦੀ ਹੈ ਉਤਰੀ ਹੈ ਲੋ ਵਿੱਚ ਮੁੰਡਿਓ, ਜੱਟ ਦੀ ਆ ਕਿ ਨਹੀਂ ਕੋਠੀ 'ਚ ਖੜੀ ਜੀਪ। ਚਲੋ ਠੀਕ ਹੈ ਬਾਬਿਓ, ਤੁਹਾਨੂੰ ਮਿਲਦੇ ਹਾਂ ਜੀ ਕੱਲ੍ਹ ਦੇ ਅਗਲੇ ਐਪੀਸੋਡ ਦੇ ਵਿੱਚ, ਅਤੇ ਕਮੈਂਟਾਂ 'ਚ ਜ਼ਰੂਰ ਦੱਸਿਓ ਤੁਹਾਨੂੰ ਲੰਡੀ ਜੀਪ ਕਿੱਦਾਂ ਦੀ ਲੱਗੀ ਬਾਬਿਓ, ਠੀਕ ਹੈ ਜੀ, ਅਤੇ ਇਹਦਾ ਮੋਡ ਬਹੁਤ ਜਲਦੀ ਆਪਾਂ ਤੁਹਾਨੂੰ ਦੇਵਾਂਗੇ, ਛੇਤੀ ਛੇਤੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਆਪਣੇ ਬਾਈ ਨੂੰ ਬਹੁਤ ਜ਼ਿਆਦਾ ਸਪੋਰਟ ਕਰੋ, ਕਿਉਂਕਿ ਸਪੋਰਟ ਕਰੋਗੇ ਵੀਰੇ ਤਾਂ ਹੀ ਆਪਾਂ ਨਵੇਂ ਨਵੇਂ ਮੋਡ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ, ਠੀਕ ਹੈ ਜੀ, ਅਤੇ ਤੁਹਾਨੂੰ ਮਿਲਦੇ ਹਾਂ ਬਾਬੇ ਨੈਕਸਟ ਵੀਡੀਓ ਦੇ ਵਿੱਚ, ਓਕੇ ਜੀ।